ਅਸੀਂ ਸੇਮੇ ਪਿੰਡ ਤੋਂ ਆ ਤੇ ਅਸੀਂ ਘੱਗਰਿਆਂ ਦੇ ਨਾਲੇ ਤੇ ਟੋਕਰੀਆਂ ਬਣੀਆਂ ਹੋਈਆਂ ਸਾਡੇ ਗੱਤੇ ਤੇ ਗਾਚਣੀ ਤੋਂ ਗੋਲੇ ਤਿਆਰ ਕੀਤੇ ਹੋਏ ਹੈਗੇ, ਪੱਖੀਆਂ ਤਿਆਰ ਕੀਤੀਆਂ ਹੋਈਆਂ, ਝੋਲੇ ਤਿਆਰ ਕੀਤੇ ਹੋਏ ਅਸੀਂ ਇਹ ਅਸੀਂ ਨਾ ਬਸ ਪਹਿਲੀ ਵਾਰ ਮਤਲਬ ਕਿ ਜਦੋਂ ਅਸੀਂ ਪਹਿਲੀ ਵਾਰ ਇਹ ਬਣਾਏ ਆ, ਅਸੀਂ ਕਹੇ ਸੀਗੇ ਕਿਸੇ ਸੰਗਰੂਰ ਜ਼ਿਲ੍ਹੇ 'ਚ ਵਿਆਹ ਗਏ ਹੋਏ ਸੀਗੇ, ਉੱਥੇ ਅਸੀਂ ਲੇਡੀਜ਼ ਦੇ ਪਾਇਆ ਦੇਖਿਆ ਸੀਗਾ, ਅਸੀਂ ਬਸ ਉੱਥੋਂ ਉਹਨਾਂ ਦਾ ਇਹ ਡਿਜ਼ਾਇਨ ਚੱਕ ਲਿਆ ਜੀ। ਇਦੋਂ ਬਾਅਦ ਅਸੀਂ ਸਾਰੇ ਮੈਂਬਰ ਮਤਲਬ ਕਿ ਫਿਰ ਅਸੀਂ 2020 ਦੇ ਵਿੱਚ ਸੈਲਫ ਹੈਲਪ ਗਰੁੱਪ ਜੁਆਇਨ ਕੀਤਾ, ਜਿਹਦੇ ਵਿੱਚ ਫਿਰ ਅਸੀਂ ਜਦੋਂ ਅਸੀਂ ਇੱਕ ਦੋ ਨਾ ਪੀਸ ਬਣਾਏ ਉਹ ਸਾਡੇ ਸੇਲ ਹੋ ਗਏ, ਫਿਰ ਅਸੀਂ ਹੌਲੀ 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 ਇਹ 10 ਮੈਂਬਰ ਆ ਜਿਹੜੇ ਸੈਲਫ ਹੈਲਪ ਗਰੁੱਪ ਦੇ ਵਿੱਚ, ਸਾਰੇ 10 ਮੈਂਬਰ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ, ਜਿਹਦੇ ਥਰੂ ਫਿਰ ਸਾਨੂੰ ਮਤਲਬ ਕਿ ਮੇਲੇ ਆਉਣ ਲੱਗ ਗਏ ਜੀ, ਅਸੀਂ ਮੇਲੇ ਆਪਦੇ ਲਾ ਕੇ ਆਉਂਦੇ ਹਾਂ ਅਤੇ ਉਹਦੇ ਦੇ ਵਿੱਚ ਸਾਡਾ ਸਾਰਾ ਸਮਾਨ ਵਧੀਆ ਸੇਲ ਹੁੰਦਾ। ਮੇਨ ਤਾਂ ਇਹਦੇ 'ਤੇ ਬਹੁਤ ਆ ਜੀ, ਹੁਣ ਜਿਵੇਂ ਉਹ ਟੋਕਰੀ ਹੈ ਜੀ, ਉਹ ਆਹ ਟੋਕਰੀ ਫੜਾਇਓ, ਟੋਕਰੀ ਹੈਗੀ, ਹੁਣ ਇਹਦੇ 'ਤੇ 2 ਦਿਨ ਲੱਗ ਜਾਂਦੇ ਜੀ ਬਣਾਉਣ 'ਤੇ। ਇਹਨੂੰ ਪਹਿਲਾਂ ਤਾਂ ਸ਼ਿਖੂ ਕਿਹਾ ਜਾਂਦਾ ਸੀ, ਹੁਣ ਤਾਂ ਜੀ ਅਸੀਂ ਟੋਕਰੀ ਵਾਲਟੀ ਯੂਜ਼ ਕਰਦੇ ਹਾਂ ਵਾਸਤੇ। ਇਹ ਸੀ ਇਹ ਪੰਨੀ ਤੋਂ ਤਿਆਰ ਕਰਦੇ ਜੀ, ਇਹ ਪੰਨੀ ਅਤੇ ਪੱਛਮ ਲੱਗਦੀ ਹੈ ਇਹਦੇ 'ਤੇ, ਅਤੇ ਹਾਂਜੀ ਇਹ 2 ਚੀਜ਼ਾਂ 'ਤੇ ਤਿਆਰ ਹੁੰਦੀਆਂ। ਡਿਜ਼ਾਇਨ ਬਸ ਅਸੀਂ ਆਪਦੇ ਕੋਲ ਹੀ ਪਾਉਂਦੇ ਹਾਂ ਜੀ ਇਹਦੇ ਵਿੱਚ। ਅੱਛਾ ਹੋਰ ਹੈਗੇ ਜਿਹੜੇ ਜਾਗੋ ਵਾਸਤੇ ਵਰਤੇ ਜਾਂਦੇ ਆ, ਹੁਣ ਤਾਂ ਇਹਨਾਂ ਨੂੰ ਜਾਗੋ ਵਾਸਤੇ ਵਰਤਿਆ ਜਾਂਦਾ ਸੀ ਪਹਿਲਾਂ ਵਾਲੇ ਸਮਿਆਂ ਦੇ ਵਿੱਚ, ਹੈ ਨਾ, ਪਾਣੀ ਚੱਗਦੇ ਸੀ ਘੜਿਆਂ ਦੇ ਵਿੱਚ, ਘੜਿਆਂ ਦੇ ਥੱਲੇ ਬੱਠਲਾਂ ਦੇ ਥੱਲੇ ਵਰਤੇ ਜਾਂਦੇ ਸੀ, ਹੁਣ ਇਹ ਸਿਰਫ ਜਾਗੋ ਵਾਸਤੇ ਰਹਿ ਗਏ ਜੀ। ਅਤੇ ਸਾਡੇ ਨਾਲੇ ਆ ਜੀ ਜਿਹੜੇ ਘੱਗਰਿਆਂ ਦੇ ਵਿੱਚ ਪਾਏ ਜਾਂਦੇ ਆ, ਇਹ ਅਸੀਂ ਨਾਲੇ ਤਿਆਰ ਕਰਦੇ ਹਾਂ ਜਿਹੜੇ ਸਾਡੇ ਹੁਣ ਜਾਗੋ ਦੇ ਵਿੱਚ ਅਸੀਂ ਰੈਂਟ 'ਤੇ ਵੀ ਭੇਜਦੇ ਹਾਂ, ਘੱਗਰੇ ਵੀ ਬਣਾਏ ਹੋਏ ਆ ਸਾਡੇ ਘੱਗਰਿਆਂ ਨਾਲ, ਅਸੀਂ ਇਹ ਮਤਲਬ ਕਿ ਜਿਹੜੇ ਨਾਲੇ ਬਣਾਉਂਦੇ ਹਾਂ ਇਹ ਵੀ ਅਸੀਂ ਨਾਲ ਦੇ ਭੇਜਦੇ ਆਉਂਦੇ ਨੇ। ਇਹਦੇ ਵਿੱਚੋਂ ਖਰਚਾ ਇਹਦੇ ਜਿਹੜਾ ਨਾਲਾ ਗਾ ਨਾ ਇਹਦੇ 'ਤੇ ਤਾਂ ਆ ਜਾਂਦਾ ਜੀ 250 ਰੁਪਈਏ ਖਰਚਾ, ਅਤੇ ਇਹਨੂੰ ਅਸੀਂ 500-600 ਰੁਪਏ ਦਾ ਸੇਲ ਕਰ ਦਿੰਦੇ ਹਾਂ, ਕਈ ਵਾਰੀ ਸਾਨੂੰ 400 ਰੁਪਏ ਦਾ ਵੀ ਸੇਲ ਕਰਨਾ ਪੈ ਜਾਂਦਾ ਜਦੋਂ ਗਾਹਕ ਦੇ ਸਿਰ 'ਤੇ ਹੁੰਦਾ ਹੈ ਨਾ ਇਹ ਤਾਂ ਬਸ ਜ਼ਿਆਦੇ ਵਧੀਆ ਉਦੋਂ ਲੱਗਦਾ ਹੈਗਾ ਜੀ ਜਦੋਂ ਸਾਨੂੰ ਲੋਕ ਆਏ ਕਹਿੰਦੇ ਇਹਨਾਂ ਨੇ ਪੁਰਾਣਾ ਸੱਭਿਆਚਾਰ ਸਾਂਭਿਆ ਹੋਇਆ, ਅਤੇ ਫਿਰ ਸਾਨੂੰ ਬਹੁਤ ਵਧੀਆ ਲੱਗਦਾ ਜੀ। ਹੁਣ ਅਸੀਂ ਇਹੀ ਚੀਜ਼ਾਂ ਤਿਆਰ ਕਰਦੇ ਵੀ ਜਿਹੜੀਆਂ ਮਤਲਬ ਕਿ ਪੁਰਾਣੇ ਤੋਂ ਪੁਰਾਣੇ ਸਮਿਆਂ ਦੇ ਵਿੱਚ ਵਰਤੇ ਜਾਂਦੇ ਸੀ, ਸਾਡੀ ਕੋਸ਼ਿਸ਼ ਇਹੀ ਆ ਵੀ ਅਸੀਂ ਦੁਬਾਰੇ ਉਹੀ ਚੀਜ਼ਾਂ ਲੈ ਕੇ ਆਈਏ, ਮਤਲਬ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਲੱਗੇ ਵੀ ਇਹ ਪਹਿਲਾਂ ਦੇ ਹੁਣ ਸਾਡੇ ਚੀਜ਼ਾਂ ਬਣਾਈਆਂ ਹੋਈਆਂ ਜੀ, ਉਹ ਸਾਰੇ ਪੇਰੈਂਟਸ ਬੱਚਿਆਂ ਨੂੰ ਦੱਸ ਰਹੇ ਆ ਵੀ ਇਹ ਪਹਿਲਾਂ ਐਂ ਵਰਤੀ ਜਾਂਦੀ ਸੀ ਚੀਜ਼, ਅਤੇ ਮੁਖੀਆਂ ਦੱਸਦੇ ਆ ਜੀ, ਇਹਨੂੰ ਦੱਸਦੇ ਆ, ਭੂਤ ਪਿੰਨੇ ਬਣਾਏ ਹੋਏ ਆ ਜੀ ਸਾਡੇ, ਉਹ ਦੱਸਦੇ ਆ ਵੀ ਪਹਿਲਾਂ ਇਹ ਲੋਕ ਇਹ ਚੀਜ਼ਾਂ ਖਾਂਦੇ ਸੀਗੇ, ਅਤੇ ਸਾਡੇ ਘੱਗਰਿਆਂ ਦੇ ਨਾਲੇ ਆ ਜੀ ਸਾਡੇ ਉੜਿਆੜੇ ਵਾਲੇ ਝੋਲੇ ਸਾਪੇ ਹੋਏ ਆ, ਉਹ ਜਿਹੜੇ ਸਾਡੇ ਉੜਿਆੜੇ ਵਾਲੇ ਝੋਲੇ ਆ ਜੀ ਉਹ ਬਹੁਤ ਵਧੀਆ ਸੇਲ ਹੁੰਦੇ ਆ, ਉਹ ਆਪਦੇ ਬੱਚਿਆਂ ਨੂੰ ਜੀ ਉਹ ਪੰਜਾਬੀ ਜਿਹੜੀ ਭੁੱਲ ਚੁੱਕੇ ਆ ਬੱਚੇ ਉਹਨਾਂ ਨੂੰ ਉਹ ਝੋਲਿਆਂ ਦੇ ਥਰੂ ਦੱਸ ਰਹੇ ਆ ਜੀ ਆਪਦੇ ਬੱਚਿਆਂ ਨੂੰ। ਹਾਂਜੀ ਸਾਨੂੰ ਪਹਿਲਾਂ ਬਹੁਤ ਸਾਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਅਸੀਂ ਐਵੇਂ ਮੱਥਾ ਮਾਰੀ ਜਾਂਦੇ ਹਾਂ ਵੀ ਸਾਡਾ ਚੱਲਦਾ ਨਹੀਂ, ਪਰ ਹੁਣ ਸਾਨੂੰ ਆਪਦੇ ਆਪ 'ਤੇ ਬਹੁਤ ਐਂ ਹੁੰਦਾ ਵੀ ਅਸੀਂ ਪੁਰਾਣੀਆਂ ਚੀਜ਼ਾਂ ਨੂੰ ਮੁੜ ਤੋਂ ਲੈ ਕੇ ਆ ਰਹੇ ਹਾਂ, ਅਤੇ ਜਿਹੜਾ ਕਿ ਸਾਨੂੰ ਵੀ ਬਹੁਤ ਵਧੀਆ ਲੱਗਦਾ ਅਤੇ ਲੋਕਾਂ ਨੂੰ ਵੀ ਇਹ ਦੇਖ ਕੇ ਹੈਰਾਨੀ ਹੁੰਦੀ ਹੈ। ਜਿਹੜੇ ਬਜ਼ੁਰਗ ਆਉਂਦੇ ਆ ਜੀ ਉਹ ਸਾਡੀ ਸਟਾਲ 'ਤੇ ਆ ਕੇ ਕਹਿੰਦੇ ਵੀ ਇਹ ਅਸੀਂ ਪਹਿਲਾਂ ਬਣਾਉਂਦੇ ਸੀ, ਸਾਡਾ ਅਸੀਂ ਇਹੋ ਚੀਜ਼ਾਂ ਬਣਾਉਂਦੇ ਸੀ ਜੀ, ਉਹ ਬਜ਼ੁਰਗ ਹੀ ਦੱਸਦੇ ਆ ਜੀ ਬੱਚਿਆਂ ਨੂੰ, ਆਪਦੇ ਪੋਤੇ ਪੋਤੀਆਂ ਨੂੰ ਵੀ ਦੱਸਦੇ ਵੀ ਪਹਿਲਾਂ ਅਸੀਂ ਪਹਿਲਾਂ ਵਾਲੇ ਜ਼ਮਾਨੇ 'ਚ ਇਹ ਚੀਜ਼ਾਂ ਹੁੰਦੀਆਂ ਸੀ, ਉਹ ਆ ਕੇ ਜਿਹੜੇ ਸਾਡੇ ਟੋਕਰੇ ਕਈ ਬੱਚੇ ਸਿਰ 'ਤੇ ਲੈ ਲੈਂਦੇ ਵੀ ਇਹ ਟੋਪੀ ਹੈਗੀ, ਪਰ ਫਿਰ ਅਸੀਂ ਦੱਸਦੇ ਸੀ ਵੀ ਇਹ ਟੋਕਰੀਆਂ ਸ਼ਿਖੂ ਆ ਗਈ। ਸਾਨੂੰ ਹੁਣ ਅਸੀਂ 10-12 ਹਜ਼ਾਰ ਰੁਪਇਆ ਕਮਾ ਲੈਂਦੇ ਹਾਂਜੀ, ਨਹੀਂ ਜਿਵੇਂ ਕਿ ਮਤਲਬ ਕਿ ਹੁਣ ਸਾਡੇ ਮੇਲੇ ਲੱਗ ਗਏ ਉਹਦੇ ਵਿੱਚੋਂ ਅਸੀਂ ਕਮਾ ਲੈਂਦੇ ਹਾਂ 10-12 ਹਜ਼ਾਰ, ਘਰ ਬੈਠ ਕੇ ਅਸੀਂ ਮਹੀਨੇ ਦਾ 6-7 ਹਜ਼ਾਰ ਰੁਪਇਆ ਕਮਾ ਲੈਂਦੇ ਇੱਕ ਮੈਂਬਰ ਸਾਡੇ।
ਪਹਿਲਾਂ ਹੁਣ ਜਦੋਂ ਸਾਨੂੰ ਪੁੱਛਦੇ ਆ ਜੀ, ਕੋਈ ਨੌਜਵਾਨ ਪੀੜ੍ਹੀ ਪੁੱਛਦੇ ਆ, ਕੋਈ ਬੱਚੇ ਪੁੱਛਦੇ ਵੀ ਇਹ ਕਾਹਦੇ ਵਾਸਤੇ ਵਰਤਦੇ ਆ, ਪਹਿਲਾਂ ਤਾਂ ਇਹ ਸੀਗਾ ਜੀ, ਪਹਿਲਾਂ ਤਾਂ ਲੋਕ ਇਹਨਾਂ ਨੂੰ ਵਿਆਹਾਂ ਦੇ ਵਿੱਚ ਵਰਤਦੇ ਸੀਗੇ, ਪਹਿਲਾਂ ਬੁੜੀਆਂ ਕੱਦ ਦੀਆਂ ਹੁੰਦੀਆਂ ਸੀ, ਇਹਦੇ ਵਿੱਚ ਗਲੋਟੇ ਰੱਖੇ ਜਾਂਦੇ ਸੀ, ਪਰ ਹੁਣ ਉਹ ਕਹਿ ਦਿੰਦੇ ਵੀ ਅਸੀਂ ਤਾਂ ਇਹਨਾਂ ਨੂੰ ਡਾਇਨਿੰਗ ਟੇਬਲ 'ਤੇ ਡੈਕੋਰੇਟ ਵਾਸਤੇ ਲੈ ਕੇ ਜਾ ਰਹੇ ਹਾਂ। ਹਾਂਜੀ।